Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਨਰੂਲਾ ਸਵੀਟਸ ਦਾ ਫਾਊਂਡਰ ਡੇ ਆ ਰਿਹਾ, ਪਰ ਇੱਥੇ ਸਾਡੇ ਮੁਲਾਜ਼ਮਾਂ ਨੂੰ ਤਾਂ ਵਿਹਲ ਹੀ ਨਹੀਂ, ਸਾਰੇ ਆਪਣੇ ਕੰਮਾਂ 'ਚ ਬਿਜ਼ੀ ਨੇ। ਕਿਸੇ ਦੇ ਚਿੱਤ ਚੇਤੇ ਵੀ ਨਹੀਂ ਕਿ ਉਸ ਦਿਨ ਦੁਕਾਨ 'ਤੇ ਸਾਨੂੰ ਕਰਨਾ ਕੀ ਚਾਹੀਦਾ। ਫਾਊਂਡਰਸ ਡੇ ਦੀ ਤਿਆਰੀ ਪੂਰੀ ਹੋ ਚੁੱਕੀ ਹੈ ਬਾਊ ਜੀ, ਬਾਕੀ ਮਾਲਕਾਂ ਨੂੰ ਜੋ ਮਨਜ਼ੂਰ ਹੋਏਗਾ ਉਹ ਹੋ ਹੀ ਜਾਏਗਾ। ਮਾਲਕਾਂ ਕੋਲੋਂ ਤੂੰ ਕੀ ਪੁੱਛਣਾ, ਤੂੰ ਆਪ ਜ਼ਿੰਮੇਵਾਰ ਹੈ। ਨਰੂਲਾ ਸਵੀਟਸ ਦੇ ਬਿਜ਼ਨਸ ਦਾ ਹਿੱਸਾ ਹੈ ਤੂੰ, ਕੋਈ ਮੁਲਾਜ਼ਮ ਨਹੀਂ। ਰਣਵੀਰ ਚੱਲ, ਆ ਗਏ ਨੇ ਪੇਪਰਸ। ਯੂ ਨੋ ਰਣਵੀਰ, ਇਹ ਦੀਤ ਨਾ ਇਹ ਪੇਪਰਸ ਪਲਟ ਕੇ ਦੇਖ ਰਹੀ ਸੀ ਤੇ ਪੁੱਛ ਰਹੀ ਸੀ ਕੀ ਇਹਨਾਂ ਦੇ ਵਿੱਚ, ਜਿਵੇਂ ਇਹਨੂੰ ਬੜਾ ਸਮਝ ਆ ਜਾਣਾ ਇਹਦੀ ਦੁਕਾਨ ਦੇ ਹਿਸਾਬ ਕਿਤਾਬ ਥੋੜ੍ਹੀ ਹੈ। ਦੁਕਾਨਾਂ ਦੇ ਛੋਟੇ ਛੋਟੇ ਹਿਸਾਬ ਕਿਤਾਬ ਦੇਖਣ ਵਾਲੇ ਵੱਡਾ ਵੱਡਾ ਬਿਜ਼ਨਸ ਖੜਾ ਕਰਦੇ ਨੇ, ਤੇ ਫਿਰ ਪੜ੍ਹੇ ਲਿਖੇ ਲੋਕ ਉਹਨਾਂ ਦੇ ਥੱਲੇ ਕੰਮ ਕਰਦੇ ਨੇ। ਕਿਸੇ ਨੂੰ ਕੋਈ ਸ਼ੱਕ ਹੋਏ ਤੇ ਮੇਰੇ ਵੱਲ ਦੇਖ ਸਕਦਾ ਹੈ। ਚਲ ਚਲਿਆ, ਵੀ ਆਰ ਗੈਟਿੰਗ ਲੇਟ। ਰੀ, ਇੱਕ ਮਿੰਟ, ਗੱਲ ਸੁਣ। ਹਾਂਜੀ ਬਾਊ ਜੀ। ਇਹ ਤੂੰ ਸਵੇਰੇ ਸਵੇਰੇ ਕਿੱਥੇ ਚੱਲੀ ਹੈ ਪੁੱਤ? ਬਾਊ ਜੀ, ਮੰਮੀ ਜੀ ਹੁਣ ਠੀਕ ਨੇ ਨਾ, ਤਾਂ ਮੈਂ ਸੋਚਿਆ ਮੈਂ ਦੁਕਾਨ ਜਾ ਕੇ ਆ ਜਾਂਦੀ ਹਾਂ, ਉੱਥੇ ਹਜੇ ਕੰਮ ਕਰਾਉਣ ਵਾਲਾ ਪਿਆ ਹੋਇਆ। ਤੂੰ ਇੰਨੀ ਛੇਤੀ ਦੁਕਾਨ ਦੀ ਤਿਆਰੀ ਕਰ ਲਈ? ਹਾਂਜੀ, 2 ਦਿਨਾਂ 'ਚ ਦੁਕਾਨ ਸ਼ੁਰੂ ਹੋ ਜਾਣੀ। ਨਾਲੇ ਤੁਹਾਨੂੰ ਪਤਾ ਬਾਊ ਜੀ, ਮੇਰੇ ਜਿਹੜੇ ਪੁਰਾਣੇ ਗ੍ਰਾਹਕ ਹੈ ਨਾ, ਉਹ ਤਾਂ ਕਦੋਂ ਦੇ ਉਡੀਕ ਕਰ ਰਹੇ ਨੇ ਮੇਰੀ ਦੁਕਾਨ ਸ਼ੁਰੂ ਹੋਣ ਦੀ। ਇਹਦਾ ਮਤਲਬ ਤੂੰ ਮੇਰੇ ਬਿਜ਼ਨਸ ਵਿੱਚ ਕੰਮ ਨਹੀਂ ਕਰੇਂਗੀ? ਚੁੱਪ ਹੋਣ ਨਾਲ ਨਹੀਂ ਸਰਨਾ ਬੱਚੀਏ, ਜਵਾਬ ਦਿੱਤੇ ਬਿਨਾਂ ਮੈਂ ਤੈਨੂੰ ਜਾਣ ਨਹੀਂ ਦਊਂਗਾ ਇੱਥੋਂ। ਬਾਊ ਜੀ, ਪਾਪਾ ਜੀ ਨਾ ਕਹਿੰਦੇ ਹੁੰਦੇ ਸੀ ਕਿ ਪੁੱਤ, ਜਦ ਵੀ ਕੰਮ ਕਰਨਾ ਹੈ ਨਾ, ਤੂੰ ਨੌਕਰੀ ਨਹੀਂ ਕਰਨੀ, ਤੂੰ ਆਪਣਾ ਕੰਮ ਕਰਨਾ ਆਪ ਦਾ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।